ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਤੇ ਅਸਲਾਮ ਵਾਲੇਕੁਮ ਗ੍ਰੀਟਿੰਗਸ ਆਫ दैट ਡੀਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਾਲੇ ਵਿਦਿਆਰਥੀ ਵਾਰ-ਵਾਰ ਪੁੱਛ ਰਹੇ ਸੀ ਕਿ ਕਿਹੜੀ ਤਰੀਕ ਹੈ ਜਿਹਦੇ ਤੋਂ ਸਾਡੇ ਪੇਪਰ ਸ਼ੁਰੂ ਹੋਣਗੇ ਤੇ ਪੱਕੀ ਨਿਊਜ਼ ਦੱਸਿਓ ਪ੍ਰਾਈਵੇਟ ਡਿਸਟੈਂਸ ਤੇ ਰੈਗੂਲਰ ਪੱਕੀ ਖਬਰ ਆਪਾਂ ਲੈ ਕੇ ਆਇਆ ਬਿਨਾਂ ਕਿਸੇ ਗਲਤੀ ਮਲਤੀ ਤੋਂ ਤੇ ਇਹ ਜਿਹੜੀ ਤਰੀਕ ਹੈ ਇਹ ਸਾਰੇ ਵਿਦਿਆਰਥੀਆਂ ਲਈ ਹੈ ਚਾਹੇ ਉਹ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਚਾਹੇ ਕਿਸੇ ਕਾਲਜ ਦੇ ਵਿੱਚ ਪੜ੍ਹਦੇ ਨੇ ਵਿਦਿਆਰਥੀ ਤੇ ਨਾਲ ਹੀ ਇਸ ਨੋਟੀਫਿਕੇਸ਼ਨ ਦੇ ਵਿੱਚ ਕਲੀਅਰ ਕਰ ਦਿੱਤਾ ਗੁਰੂ ਨਾਨਕ ਦੇ ਯੂਨੀਵਰਸਿਟੀ ਨੇ ਕਿ ਯੂਨੀਵਰਸਿਟੀ ਨੇ ਪੇਪਰ ਔਨਲਾਈਨ ਲੈਣੇ ਆ ਕਿ ਆਫਲਾਈਨ ਲੈਣੇ ਆ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਨਾਲ ਹੀ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਵੀਡੀਓ ਨੂੰ ਤੁਨੋਂ ਤਾਂ ਹੀ ਪੂਰੀ ਇਨਫੋਰਮੇਸ਼ਨ ਦਾ ਪਤਾ ਲੱਗਣਾ ਹੈ ਤੇ ਇਸ ਵੀਡੀਓ ਨੂੰ ਇਨਫੋਰਮੇਸ਼ਨ ਵਾਲੀ ਵੀਡੀਓ ਨੂੰ WhatsApp ਰਾਹੀਂ ਸਾਰੇ ਨਾਲ ਸ਼ੇਅਰ ਜਰੂਰ ਕਰਿਓ ਤੇ ਆਓ ਹੁਣ ਚੱਲਦੇ ਆਪਾਂ ਨੋਟੀਫਿਕੇਸ਼ਨ ਵੱਲ ਤੇ ਚਲੋ ਦੇਖਦੇ ਆਪਾਂ ਨੋਟੀਫਿਕੇਸ਼ਨ ਕੀ ਹੈ ਨੋਟੀਫਿਕੇਸ਼ਨ ਜਿਹੜੀ ਆ PDF ਦੇ ਵਿੱਚ ਆਪਾਂ ਡਾਊਨਲੋਡ ਕਰਕੇ ਰੱਖੀ ਹੋਈ ਆ ਨੋਟੀਫਿਕੇਸ਼ਨ ਦਾ ਨੰਬਰ ਹੈਗਾ ਜੀ 3355 ਪਹਿਲਾਂ ਇਹ 12 ਤਰੀਕ ਨੂੰ ਆਉਣੀ ਸੀ ਉਸ ਤੋਂ ਬਾਅਦ 18 12 ਨੂੰ ਪਾਈ ਗਈ ਹੈ ਇਹ ਹੈ ਕਿਦੇ ਕਿਦੇ ਲਈ ਆ ਨੋਟੀਫਿਕੇਸ਼ਨ ਤੇ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਨੋਟੀਫਿਕੇਸ਼ਨ ਹੈਗੇ ਜੀ ਪਹਿਲੇ ਨੰਬਰ ਤੇ ਉਹਨਾਂ ਨੇ ਲਿਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਤ ਸਮੂਹ ਕਾਲਜਾਂ ਦੇ ਪ੍ਰਿੰਸੀਪਲ ਸਹਿਬਾਨਾ ਸਮੇਤ ਐਸੋਸੀਏਟ ਸੰਸਥਾਵਾਂ ਜਿੰਨੀਆਂ ਵੀ ਐਸੋਸੀਏਟ ਸੰਸਥਾਵਾਂ ਵਿੱਚ ਦੂਜੀ ਉਹ ਕਹਿੰਦੇ ਵੀ ਡਾਇਰੈਕਟੋਰੇਟ ਓਪਨ ਐਂਡ ਡਿਸਟੈਂਸ ਲਰਨਿੰਗ ਵਿਭਾਗ ਓਪਨ ਐਂਡ ਡਿਸਟੈਂਸ ਲਰਨਿੰਗ ਵਿਭਾਗ ਉਹ ਵਾਲਾ ਵਿਭਾਗ ਹੈ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਜਿਹੜਾ ਲਿੰਦਾ ਹੈ ਪ੍ਰਾਈਵੇਟ ਤੇ ਡਿਸਟੈਂਸ ਵਾਲਿਆਂ ਦੇ ਪੇਪਰ ਤੇ ਹਾਂਜੀ ਇਹ ਸਾਰੇ ਪੇਪਰ ਜਿਹੜੇ ਨੇ ਉਹਨਾਂ ਨੇ ਦੱਸਿਆ ਕਿ ਸੈਮੈਸਟਰ ਤੀਜਾ ਪੰਜਵਾਂ ਸੱਤਵਾਂ ਤੇ ਨੋਵਾਂ ਆਦਿ ਦੀਆਂ ਥਿਊਰੀ ਪ੍ਰੀਖਿਆਵਾਂ ਜਨਵਰੀ 2021 ਵਿੱਚ ਕਰਵਾਉਣ ਸੰਬੰਧੀ ਹਾਂਜੀ ਤਾਂ ਤੁਹਾਡੇ ਪੇਪਰ ਜਿਹੜੇ ਨੇ ਉਹ ਹੋ ਰਹੇ ਨੇ ਜੀ ਜਨਵਰੀ ਦੇ ਵਿੱਚ ਮੈਂ ਪਹਿਲਾਂ ਹੀ ਕਹਿ ਰਿਹਾ ਸੀਗਾ ਸਾਰੇ ਵਿਦਿਆਰਥੀਆਂ ਨੂੰ ਕਿ ਉਮੀਦ ਨਾ ਛੱਡੋ ਪੇਪਰ ਜਿਹੜੇ ਨੇ ਉਹ ਜਨਵਰੀ ਦੇ ਵਿੱਚ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਜ਼ਿਆਦਾ ਹੈ ਤੇ ਆ ਹੁਣ ਆਪਾਂ ਅੱਗੇ ਇਸ ਜਿਹੜੀ ਨੋਟੀਫਿਕੇਸ਼ਨ ਆ ਉਹਨੂੰ ਆਪਾਂ ਪੜ੍ਹਦੇ ਹਾਂ ਤੇ ਪਹਿਲਾਂ ਆਪਾਂ ਕਰਾਂਗੇ ਸਕਰੀਨ ਨੂੰ ਚੰਗੀ ਤਰ੍ਹਾਂ ਸਾਫ਼ ਤੇ ਉਹ ਚਲਦਿਆ ਹੁਣ ਆਪਾਂ ਇਸ ਨੋਟੀਫਿਕੇਸ਼ਨ ਦੇ ਅਗਲੇ ਪਾਰਟ ਦੇ ਵਿੱਚ ਤਾਂ ਅਗਲੇ ਪਾਰਟ ਦੇ ਵਿੱਚ ਉਹ ਕਹਿੰਦੇ ਨੇ ਕਿ ਤੀਜਾ ਪੰਜਵਾਂ ਸੱਤਵਾਂ ਤੇ ਨੌਵਾਂ ਅਧੀਆਂ ਪ੍ਰੀਖਿਆਵਾਂ ਥਿਉਰੀ ਪ੍ਰੀਖਿਆਵਾਂ ਮਿਤੀ 21 ਜਨਵਰੀ 2021 ਤੋਂ ਆਰੰਭ ਹੋ ਰਹੀਆਂ ਹਨ ਇਹ ਪ੍ਰੀਖਿਆਵਾਂ ਆਫਲਾਈਨ ਮੋਡ ਨਾਲ ਕਰਵਾਈਆਂ ਜਾਣੀਆਂ ਜਾਂ ਜਾਣੀਆਂ ਇਸ ਲਈ ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ ਤੇ ਸਾਰੇ ਕਾਲਜਾਂ ਨੂੰ ਇਹ ਨੋਟੀਫਿਕੇਸ਼ਨ ਪਹੁੰਚ ਚੁੱਕੀ ਹੈ ਕਿ 21 ਜਨਵਰੀ ਤੋਂ ਐਗਜ਼ਾਮ ਸ਼ੁਰੂ ਕਰਨੇ ਹਨ ਤੇ ਐਗਜ਼ਾਮ ਜਿਹੜੇ ਨੇ ਆਫਲਾਈਨ ਮੋਡ ਰਾਹੀਂ ਹੋਣੇ ਹੈ ਜੀ ਸਾਰੇ ਐਗਜ਼ਾਮੀਨੇਸ਼ਨ ਸੈਂਟਰ ਜਿਹੜੇ ਆ ਉਹ ਸੈਨੀਟਾਈਜ਼ ਹੋ ਰਹੇ ਨੇ ਤੇ ਉਹਨਾਂ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਪ੍ਰੋਪਰ ਡਿਸਟੈਂਸ ਬਣਾਉਣ ਦਾ ਇੱਕ ਇੰਤਜ਼ਾਮ ਜਿਹੜਾ ਆ ਉਹ ਤਿਆਰ ਕਰ ਦਿੱਤਾ ਗਿਆ ਅੱਜ ਮੇਰੀ ਇੱਕ ਕਾਲਜ ਨਾਲ ਗੱਲ ਹੋਈ ਸੀ ਜੋ ਕਿ ਅੰਮ੍ਰਿਤਸਰ ਸਾਹਿਬ ਵਿੱਚ ਸਥਿਤਤਾ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਪੂਰੀਆਂ ਤਿਆਰੀਆਂ ਨੇ ਤੇ ਨਾਲ ਹੀ ਯੂਨੀਵਰਸਿਟੀ ਨੇ ਇਹ ਵੀ ਕਿਹਾ ਕਿ ਕੋਵਿਡ-19 ਕਰਕੇ ਪਹਿਲੇ ਸੈਮੈਸਟਰ ਵਿੱਚ ਦਾਖਲੇ ਦੀਆਂ ਮਿਤੀਆਂ ਵਿੱਚ ਵਾਧਾ ਕਰਨ ਕਰਕੇ ਦਾਕਲੇ ਲੇਟ ਹੋਣ ਕਾਰਨ ਸੈਮੈਸਟਰ ਪਹਿਲਾ ਦੀਆਂ ਪ੍ਰੀਖਿਆਵਾਂ ਮਿਤੀ 24 ਫਰਵਰੀ 2021 ਤੋਂ ਆਰੰਭ ਕੀਤੀਆਂ ਜਾ ਸਕਦੀਆਂ ਹਨ ਇਹ ਸਿਰਫ ਜੀਐਨਡੀਯੂ ਲਈ ਹੈ ਜੀਐਨਡੀਯੂ ਹੋ ਸਕਦਾ ਹੈ ਕਿ ਫਰਸਟ ਸੈਮ ਦੇ ਇਗਜ਼ਾਮ ਜਿਹੜੇ ਨੇ ਉਹ 24 ਫਰਵਰੀ ਤੋਂ ਸ਼ੁਰੂ ਕਰ ਲਵੇ 24 ਫੈਬ ਤੋਂ ਸ਼ੁਰੂ ਕਰ ਲਵੇ ਪਰ ਇਹਦੇ ਵਿੱਚ ਵੀ ਪੱਕੀ ਕੋਈ ਆਪਾਂ ਕਰ ਨਹੀਂ ਸਕਦੇ ਕਿ ਫਰਸਟ ਸੈਮ ਜੀਐਨਡੀਯੂ ਦੇ ਪਹਿਲੇ ਸੈਮ ਦੇ 24 ਫਰਵਰੀ ਨੂੰ ਹੋਣਗੇ ਕਿਉਂਕਿ ਜਿਹੜੀ UGC ਹੈ ਉਹਦੀਆਂ ਹਦਾਇਤਾਂ ਅਨੁਸਾਰ ਮਾਰਚ ਦੇ ਵਿੱਚ ਹੀ ਪੇਪਰ ਲੈਣੇ ਨੇ ਤੇ ਇਹ ਨੋਟੀਫਿਕੇਸ਼ਨ ਆਪਾਂ ਦੇਖ ਲੈਂਦੇ ਆ ਕਿ ਇਹ ਵਾਲਾ ਜਿਹੜਾ ਪੂਰਾ ਨੋਟੀਫਿਕੇਸ਼ਨ ਸੀ ਉਹ ਕਿੰਨੇ ਜਾਰੀ ਕੀਤਾ ਸੀ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਜਾਰੀ ਕੀਤਾ ਹੋਇਆ ਹੈ ਇਹ ਕਲੀਨ ਕਿਉਂ ਨਹੀਂ ਹਾਂਜੀ ਤਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਜੀ ਐਚਐਸ ਭਿੰਡਰ ਜੀ ਨੇ ਹਾਂਜੀ ਐਚਐਸਪਿੰਡਰ ਜੀ ਨੇ ਸਿਗਨੇਚਰ थोड़े कॉम्प्लिकेटेड ਕੀਤੇ ਨੇ ਇਹ ਉਪਰ ਰਜਿਸਟਰਾਰ ਨੇ ਕਾਰਜਕਾਰੀ ਸੰਚਾਲਨ ਇਹ ਉਪਰ ਰਜਿਸਟਰਾਰ ਨੇ ਜੀ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਤਾਂ ਆਪਾਂ ਹੁਣ ਦੁਬਾਰਾ ਇੱਕ ਵਾਰੀ ਜਿਹੜਿਆ ਇੱਥੇ ਸਕਿਪ ਕਰ ਕਰਕੇ ਵੀਡੀਓ ਨੂੰ ਇੱਥੇ ਤੱਕ ਪਹੁੰਚਿਆ ਉਹਨਾਂ ਨੂੰ ਦੁਬਾਰਾ ਇੱਕ ਵਾਰੀ ਦੱਸ ਦਈਏ ਕਿ ਜਿਹੜੇ ਪੇਪਰ ਨੇ ਓਜੀ ਹੋਣੇ ਨੇ ਜਨਵਰੀ 21 ਜਨਵਰੀ 2021 ਚ ਸ਼ੁਰੂ ਤੇ ਇਸ ਜਿਹੜੇ ਪੇਪਰ ਨੇ ਇਹ ਤੀਜੇ ਪੰਜਵੇਂ ਸੱਤਵੇਂ ਤੇ ਨੌਵੇਂ ਸੈਮ ਦੇ ਸਾਰੇ ਹੀ ਵਿਦਿਆਰਥੀਆਂ ਦੇ ਪੇਪਰ ਹੋਣੇ ਨੇ ਤੇ ਇਹ ਪੇਪਰ ਜਿਹੜੇ ਨੇ ਜੀ ਆਫਲਾਈਨ ਹੋਣੇ ਨੇ ਤੇ ਇਹ ਸਾਰੇ ਵਿਦਿਆਰਥੀਆਂ ਦੇ ਆਫਲਾਈਨ ਪੇਪਰ ਹੋਣੇ ਨੇ ਤੀਜੇ ਪੰਜਵੇਂ ਸੱਤਵੇਂ ਨੌਵੇਂ ਵਿਦਿਆ ਸੈਮਿਸਟਰ ਦੇ ਸਾਰੇ ਵਿਦਿਆਰਥੀ ਚਾਹੇ ਉਹ ਕਿਸੇ ਬੈਚਲਰ ਡਿਗਰੀ ਚ ਨੇ ਚਾਹੇ ਮਾਸਟਰ ਡਿਗਰੀ ਚ ਨੇ ਚਾਹੇ ਡਿਪਲੋਮਾ ਕਰ ਰਹੇ ਆ ਤੇ ਚਾਹੇ ਉਹ ਕੋਈ ਸਰਟੀਫਿਕੇਟ ਕੋਰਸ ਕਰ ਰਿਹਾ ਕੋਈ ਵੀ ਤਰ੍ਹਾਂ ਦੇ ਕੋਰਸ ਦੇ ਵਿੱਚ ਹੈਗੇ ਨੇ ਉਹ ਉਹਨਾਂ ਦੇ 21 ਜਨਵਰੀ ਨੂੰ ਹੋਣਗੇ ਦੂਜੀ ਆਪਾਂ ਗੱਲ ਕੀਤੀ ਸੀ ਕਿ ਫਰਸਟ ਸੈਮਿਸਟਰ ਦੇ ਪੇਪਰ ਤਾਂ ਜਿਹੜੇ ਫਰਸਟ ਸੈਮ ਦੇ ਪੇਪਰ ਨੇ ਉਹ ਵੀ ਸਿਰਫ ਜੀ ਐਨ ਡੀ ਯੂ ਦੇ ਜਿਹੜੇ ਫਰਸਟ ਸੈਮ ਦੇ ਪੇਪਰ ਨੇ ਉਹ ਹੋ ਸਕਦਾ ਜੀ ਕਦੋਂ ਹੋਣਗੇ ਆਪਾਂ ਇਹ ਰਿਵੀਜ਼ਨ ਕਰ ਰਹੇ ਹਾਂ ਉਹ 24 ਫਰਵਰੀ ਤੋਂ ਹੋ ਸਕਦਾ ਹੈ ਸ਼ੁਰੂ ਹੋ ਜਾਣ 24 ਫੈਬ 2021 ਤੋਂ ਸ਼ੁਰੂ ਹੋ ਜਾਣ ਪਰ ਨਾਲ ਹੀ ਆਪਾਂ ਕਹਿ ਰਹੇ ਹਾਂ ਕਿ ਜਿਹੜੀ UGC ਹੈ ਉਹਨੇ ਇਹ ਕਿਹਾ ਹੋਇਆ ਹੈ ਕਿ ਮਾਰਚ ਤੋਂ ਪਹਿਲਾਂ ਪੇਪਰ ਨਹੀਂ ਲੈਣੇ ਤਾਂ ਹੋ ਸਕਦਾ ਉਹ ਪੋਸਟਪੋਨ ਵੀ ਹੋ ਜਾਣ ਤਾਂ ਕੁਝ ਆਪਾਂ ਉਹਨਾਂ ਪੇਪਰਾਂ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਹਾਂਜੀ ਜਿਹੜੇ ਪੇਪਰ ਜਨਵਰੀ 2021 ਦੇ ਵਿੱਚ ਸ਼ੁਰੂ ਹੋ ਰਹੇ ਨੇ ਉਹ ਪੇਪਰ ਹੋਣਿਆ ਜੀ ਆਫਲਾਈਨ ਮੋਡ ਰਹੀ ਸਾਰਿਆਂ ਦੇ ਪੇਪਰ GNDU ਵਾਲੇ ਸਾਰੇ ਵਿਦਿਆਰਥੀਆਂ ਦੇ ਪੇਪਰ ਆਫਲਾਈਨ ਮੋਡ ਰਾਹੀ ਹੀ ਹੋਣਗੇ ਕਿਉਂਕਿ ਇਹ 18 ਦਸੰਬਰ ਨੂੰ ਰਿਵਾਈਜ਼ ਕੀਤਾ ਗਿਆ ਸੀ ਨੋਟਿਸ ਤੇ ਇਸ ਲਈ ਆਪਾਂ ਕੋਈ ਉਮੀਦ ਨਾ ਰੱਖੀਏ ਕਿ ਕੋਈ ਇੰਪੈਕਟ ਪਿਆ ਤੇ ਹਾਂਜੀ ਵਿਦਿਆਰਥੀ ਜਥੇਬੰਦੀਆਂ ਨੇ ਬਹੁਤ ਸਖਤਾਈ ਨਾਲ ਜਿਹੜੇ ਨੇ ਉਹ ਪ੍ਰੋਟੈਸਟ ਵੀ ਕੀਤੇ ਸੀ ਪਰ ਹੋ ਸਕਦਾ ਹੈ ਕਿ ਜੀਐਨਡੀਯੂ ਨੂੰ ਲੱਗਿਆ ਹੋਵੇ ਕਿ ਇੰਨਾ ਜ਼ਿਆਦਾ ਕੁਝ ਹੈ ਨਹੀਂ ਜਦ ਵਿਦਿਆਰਥੀ ਜਿਹੜੇ ਨੇ ਉਹ ਸਾਰੇ ਪਾਸੇ ਘੁੰਮ ਫਿਰ ਰਹੇ ਨੇ ਹੌਸਟਲਾਂ 'ਚ ਰਹਿ ਰਹੇ ਨੇ ਤੇ ਇਸ ਲਈ ਉਹਨਾਂ ਨੇ ਇੱਕ ਕਦਮ ਚੱਕਿਆ ਹੋਵੇ। ਬਾਕੀ ਚੜ੍ਹਦੀ ਕਲਾ ਵਿੱਚ ਰਹੋ। ਇੰਸਟਾਗ੍ਰam ਦੇ ਉੱਤੇ ਸਾਨੂੰ ਫੋਲੋ ਕਰੋ, ਫੇਸਬੁੱਕ ਪੇਜ ਲਾਈਕ ਕਰ ਲਓ, ਸਾਡਾ ਜ਼ਰੂਰ ਜਾ ਕੇ ਤੇ ਵੀਡੀਓ ਦੇ ਐਂਡ ਵਾਲੇ 20 ਸੈਕੰਡਸ ਦੇ ਵਿੱਚ ਤੁਸੀਂ ਦੇਖਿਓ ਤੇ ਸਬਸਕ੍ਰਿਪਸ਼ਨ ਦਾ ਬਟਨ ਆਂਦਾ ਹੈ ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖਿਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਇਸ ਵੀਡੀਓ ਨੂੰ WhatsApp ਰਾਹੀਂ ਸਾਰਿਆਂ ਤੱਕ ਪਹੁੰਚਾਓ, ਸਾਰਿਆਂ ਤੱਕ। ਚਾਹੇ ਕੋਈ ਕਿਸੇ ਵੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਜਿਹਦੇ ਜਿਹਦਾ ਵੀ WhatsApp ਨੰਬਰ ਤੁਹਾਡੇ ਕੋਲ ਆ ਗਿਆ ਇਸ ਵੀਡੀਓ ਨੂੰ ਉਹਦੇ ਤੱਕ ਪਹੁੰਚਾ ਦਿਓ ਹੋ ਸਕਦਾ ਉਹਦਾ ਕੋਈ ਜਾਣਕਾਰ ਜੀਐਨਡੀਯੂ ਦੇ ਵਿੱਚ ਪੜਦਾ ਹੋਵੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ